ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੈਲਕਮ ਟੂ ਅਰਬਨ ਦੇਸੀ ਵਲੌਗਸ ਤੇ ਅੱਜ ਮੇਰੇ ਨਾਲ ਹੈਗਾ ਨਵੀ ਇਹ ਬਾਈ ਆਪਣਾ ਜਿਹੜਾ ਇਹ ਹੰਬਰ ਕਾਲਜ ਤੋਂ ਪੜ੍ਹਿਆ ਹੋਇਆ ਸੋ ਅੱਜ ਦਾ ਜਿਹੜਾ ਵਲੌਗ ਹੈ ਤੁਹਾਨੂੰ ਦਿਖਾਵਾਂਗੇ ਪਹਿਲਾਂ ਤਾਂ ਮੈਂ ਬਾਈ ਦੀ ਥੋੜ੍ਹੀ ਜਿਹੀ ਸਟੋਰੀ ਦੱਸੂੰਗਾ ਨਵੀ ਦੀ ਅਤੇ ਉਸ ਤੋਂ ਬਾਅਦ ਇੱਕ ਇੰਟਰਸਟਿੰਗ ਚੀਜ਼ ਕਰ ਰਹੇ ਹਾਂ ਅਸੀਂ ਵਲੌਗ ਦੇ ਵਿੱਚ ਉਹ ਹੈਗੀ ਹੈ ਵੀ ਤੁਹਾਨੂੰ ਅਸੀਂ ਚਿਕਨ ਦੇਸੀ ਕੜੀ ਬਣਾਉਣੀ ਸਿਖਾਵਾਂਗੇ ਬਾਈ ਬਲੈਤੀ ਟੱਚ ਦੇਣਾ ਬਲੈਤੀ ਟੱਚ ਦਾਂਗੇ ਬਾਈ ਥੋੜ੍ਹਾ ਜਿਹਾ ਆਪਾਂ ਚਿਕਨ ਕੜੀ ਨੂੰ ਤਾਂ ਪਹਿਲਾਂ ਤਾਂ ਬਾਈ ਦੀ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇ ਦਾਂ ਮੈਂ ਨਵੀਂ ਜਿਹੜਾ ਇਹ ਕਿਹੜੇ ਈਅਰ 'ਚ ਆਇਆ ਸੀ ਤੂੰ ਮੈਂ ਇੱਥੇ ਆਇਆ ਸੀ 2014 ਦੇ ਵਿੱਚ ਆਇਆ 2014 ਅਗਸਤ ਮਹੀਨੇ ਆਹੀ ਮਹੀਨੇ ਮੈਂ ਇੱਥੇ ਆਇਆ ਸੀਗਾ 26 ਤਰੀਕ ਨੂੰ 2014 ਦੇ ਵਿੱਚ ਨਵੀਂ ਉਰੇ ਆਇਆ ਸੀਗਾ ਅਤੇ ਹੰਬਰ ਕਾਲਜ ਦੇ ਵਿੱਚ ਆਇਆ ਸੀਗਾ ਉਰੇ ਹੰਬਰ ਕੇ ਸਾਰੀ ਸਾਰਿਆਂ ਨੂੰ ਮੇਰੇ ਖਿਆਲ ਤੁਹਾਨੂੰ ਪਤਾ ਹੋਊਗਾ ਹੰਬਰ ਕਾਲਜ ਕਾਫੀ ਮਸ਼ਹੂਰ ਕਾਲਜ ਹੈ ਉਰੇ ਦਾ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਬਾਈ ਨੇ ਡਿਪਲੋਮਾ ਕੀਤਾ ਅਤੇ ਉਸ ਤੋਂ ਬਾਅਦ ਉਹੀ 2 ਸਾਲ ਦਾ ਡਿਪਲੋਮਾ ਸੀਗਾ ਬਟ ਟੋਟਲੀ ਡਿਫਰੈਂਟ ਫੀਲਡ ਹੋ ਗਈ ਮੇਰੀ ਹੁਣ ਹਾਂ ਸੋ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਿਆ ਉਹਨੂੰ ਉਹ 3 ਸਾਲ ਦੇ ਵਰਕ ਪਰਮਿਟ 'ਚ ਬਾਈ ਦੀ ਜਿਹੜੀ ਜੋਬ ਦੀ ਜੋਬ ਹੈ ਜਿਹੜੀ ਉਹ ਆਪਾਂ ਵੈਸੇ ਤਾਂ ਕਹਿੰਦੇ ਹੁੰਦੇ ਹਾਂ ਵੀ ਜਿਹੜੀ ਫੀਲਡ 'ਚ ਆਪਾਂ ਸਟੱਡੀ ਕੀਤੀ ਆ ਉਹ ਸਟੱਡੀ ਦੇ ਉਹ ਫੀਲਡ ਦੇ ਵਿੱਚ ਹੀ ਜਿਹੜੀ ਜੋਬ ਲੈਣੀ ਹੈ ਪਰ ਬਾਈ ਦੀ ਜਿਹੜੀ ਜੋਬ ਸੀ ਉਹ ਥੋੜ੍ਹੀ ਡਿਫਰੈਂਟ ਫੀਲਡ 'ਚ ਹੋ ਗਈ ਮੈਨੂੰ ਮਿਲਦੀ ਸੀ ਮੇਰੀ ਫੀਲਡ 'ਚ ਜੋਬ ਬਟ ਮੈਨੂੰ ਜਿਹੜਾ ਕੁਕਿੰਗ ਲਾਈਨ ਦੇ ਵਿੱਚ ਮੈਨੂੰ ਜ਼ਿਆਦਾ ਮੇਰਾ ਸ਼ੌਂਕ ਸੀਗਾ ਉਹਦੇ ਕਰਕੇ ਮੈਂ ਉੱਧਰ ਨੂੰ ਝੁਕਾਅ ਹੋ ਗਿਆ ਉੱਧਰ ਨੂੰ ਚਲੇ ਗਿਆ ਅਤੇ ਹੁਣ ਇਹ ਕੁਦਰਤੀ ਮੈਂ ਉੱਥੋਂ ਲੈ ਕੇ ਤਾਂ ਉਹ ਬਿਜ਼ਨਸ ਮੈਨੇਜਮੈਂਟ ਆਇਆ ਸੀ ਇੱਥੇ ਆਉਂਦੀ ਮੈਂ ਇਹਦੇ 'ਚ ਝੁਕਾਅ ਉੱਤਰ ਇੰਟਰਸਟ ਵੱਧਦਾ ਵੱਧਦਾ ਅਤੇ ਉੱਪਰ ਮੈਂ ਪਹੁੰਚ ਗਿਆ ਕੁਕਿੰਗ ਲਾਈਨ ਦੇ ਵਿੱਚ ਇਹ ਇੱਕ ਹੋਰ ਚੀਜ਼ ਹੈ ਇਹ ਬਾਈ ਵੀ ਹੈਗਾ ਪਟਿਆਲੇ ਤੋਂ ਮੈਂ ਵੀ ਪਟਿਆਲੇ ਇਹਦਾ ਘਰ ਬਿਲਕੁਲ ਮੇਰਾ ਗੁਆਂਢੀ ਹੈ ਇਹ ਯਾਰ ਸਾਹਮਣੇ ਵਾਲੀ ਗਲੀ 'ਚ ਰਹਿੰਦਾ ਇਹ ਮੇਰਾ ਗੁਆਂਢੀ ਹੈ ਇਹ ਅਤੇ ਸਾਡੇ ਘਰ ਆ ਕੇ ਇਹ ਬਾਈ ਕਰੀਜ਼ ਬਣਾ ਕੇ ਜਾਂਦਾ ਹੁੰਦਾ ਸੀ ਮੇਰੇ ਘਰਦਿਆਂ ਦਾ ਮਤਲਬ ਕਹਿੰਦੇ ਯਾਰ ਮੁੰਡਾ ਇੰਨੀ ਸਵਾਦ ਅਤੇ ਇੰਨੀਆਂ ਸੋਹਣੀਆਂ ਸਬਜ਼ੀਆਂ ਬਣਾਉਂਦਾ ਯਾਰ ਛੱਡ ਦਿਓ ਗੱਲਾਂ ਸੋ ਮਤਲਬ ਇਹ ਬਾਈ ਨੇ ਸੋ ਬਾਅਦ 'ਚ ਇਹਦਾ ਸ਼ੌਂਕ ਹੈ ਵੀ ਜਿਵੇਂ ਕਹਿੰਦਾ ਮੈਂ ਸ਼ੈੱਫ ਹੀ ਬਣਨਾ ਹੈ ਪਹਿਲਾਂ ਵੀ ਸਾਨੂੰ ਕਹਿੰਦਾ ਰਹਿੰਦਾ ਸੀ ਬਾਈ ਮੈਂ ਇਸੇ ਲਾਈਨ 'ਚ ਜਾਣਾ ਸੋ ਇਹ ਜਿਹੜਾ ਇੱਥੇ ਸਭ ਤੋਂ ਮਸ਼ਹੂਰ ਜਿਹੜਾ ਇੱਕ ਰੈਸਟੋਰੈਂਟ ਹੈ ਪੰਜਾਬੀ ਹੋਸਟ ਹੋਸਟ ਦੇ ਅੰਦਰ ਜਿਹੜਾ ਮੈਂ ਕੰਮ ਕਰਦਾ ਉਹਨਾਂ ਦੀ ਇੱਕ ਫਰੈਂਚਾਈਜ਼ੀ ਹੈ ਉਹਨਾਂ ਨੇ ਬ੍ਰੈਂਪਟਨ ਏਰੀਆ ਜਿੱਥੇ ਮੈਂ ਕੰਮ ਕਰਦਾ ਐਜ਼ ਏ ਸ਼ੈੱਫ ਉੱਥੇ ਮੈਂ ਆਪ ਖੁਦ ਓਪਨ ਕੀਤਾ ਸੀ ਰੈਸਟੋਰੈਂਟ ਉਹ ਮੈਂ ਆਈ ਵਾਜ਼ ਦਾ ਫਸਟ ਸ਼ੈੱਫ ਓਵਰ ਦੇਅਰ ਇਨ 2016 ਅਤੇ ਉਹ ਤੋਂ ਬਾਅਦ ਉਹਨਾਂ ਰੈਗੂਲਰ ਉੱਥੇ ਹਜੇ ਕੰਮ ਕਰ ਰਿਹਾ ਅਤੇ ਹਜੇ ਦੇਖੋ ਫਿਲਹਾਲ ਸਾਡੀ ਸਲਾਹ ਹੈਗੀ ਆਪਣੀ ਹੁਣ ਬਾਈ ਨਾਲ ਇਹੀ ਗੱਲ ਕਰਦਾ ਸੀ ਮੈਂ ਕਿ ਆਪਣਾ ਰੈਸਟੋਰੈਂਟ ਖੋਲ੍ਹਣ ਦੀ ਮੇ ਬੀ ਹੋਪਫੁਲੀ ਆਪਾਂ ਅਗਲੇ ਸਾਲ ਦੇ ਸ਼ੁਰੂਆਤ 'ਚ ਆਪਣਾ ਰੈਸਟੋਰੈਂਟ ਖੋਲ੍ਹੀਏ ਅਤੇ ਤੁਹਾਨੂੰ ਉਹਦੀ ਵੀਡੀਓ ਜ਼ਰੂਰ ਦਿਖਾਈ ਜਾਊਗੀ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਅਤੇ ਕਿਉਂਕਿ ਬੜੇ ਉਰੇ ਪੰਜਾਬੀ ਬਹੁਤ ਨੇ ਜਿਨ੍ਹਾਂ ਨੇ ਆਪਣੇ ਰੈਸਟੋਰੈਂਟ ਖੋਲ੍ਹੇ ਹੋਏ ਨੇ ਅਤੇ ਵਧੀਆ ਤਰੱਕੀਆਂ ਕਰ ਰਹੇ ਨੇ ਅਤੇ ਮੈਨੂੰ ਪਤਾ ਹੈ ਵੀ ਬਾਈ ਆਪਣਾ ਬਹੁਤ ਤਰੱਕੀ ਕਰੂਗਾ ਇਹ ਕਿਉਂਕਿ ਇਹਨੂੰ ਬਾਈ ਇਸ ਲਾਈਨ ਦੇ ਵਿੱਚ ਇਹਨੂੰ ਇੰਨਾ ਕੁ ਸ਼ੌਂਕ ਹੈ ਕੁਕਿੰਗ ਦਾ ਅਤੇ ਜਿਹੜੇ ਬੰਦੇ ਨੂੰ ਸ਼ੌਂਕ ਹੋਏ ਅਤੇ ਜੇ ਉਹੀ ਚੀਜ਼ ਉਹ ਕਰਦਾ ਹੋਏ ਤਾਂ ਪੱਕਾ ਸਕਸੈਸ ਹੁੰਦਾ ਉਸ 'ਚ ਅਤੇ ਆਪਾਂ ਹੌਲੀ ਹੌਲੀ ਗੱਲਾਂ ਵੀ ਮਾਰਾਂਗੇ ਨਾਲ ਬਾਈ ਦੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦਾ ਜਿਹੜੀ ਮੈਂ ਕਿਸੇ ਦੀ ਇੰਟਰਸਟਿੰਗ ਚੀਜ਼ 'ਤੇ ਅੱਜ ਬਰ ਰਹੀ ਹੈ ਚਿਕਨ ਕੜੀ ਬਾਈ ਮੇਰੇ ਘਰੇ ਬਾਈ ਆਇਆ ਹੋਇਆ ਕੈਮਰਾ ਹੁਣ ਮੇਰੇ ਹੱਥ 'ਚ ਹੈ ਅਤੇ ਆਪਾਂ ਸਭ ਤੋਂ ਪਹਿਲਾਂ ਇੰਗਰੀਡੀਐਂਟਸ ਦੀ ਗੱਲ ਕਰ ਲਈਏ ਬਾਈ ਓਕੇ ਕੀ ਕੀ ਚਾਹੀਦਾ ਆਪਾਂ ਨੂੰ ਪਹਿਲਾਂ ਦੱਸ ਇੱਕ ਕੋਰੀਐਂਡਰ ਸੁੱਕਾ ਕੋਰੀਐਂਡਰ ਅੰਦਰ ਕੀ ਸੁੱਕਾ ਧਨੀਆ ਅਤੇ ਲਾਲ ਮਿਰਚ ਨਮਕ ਹੋ ਗਿਆ ਜੀਰਾ ਹਲਦੀ ਅਤੇ ਸੁੱਕੀ ਹੈਗੀ ਲਾਲ ਮਿਰਚ ਜਿਹੜੀ ਆਪਾਂ ਨੂੰ ਟੇਸਟ ਦਿੰਦੀ ਹੈ ਜਿਹੜਾ ਬਹੁਤ ਪਹਿਲੀ ਮਤਲਬ ਸ਼ੁਰੂਆਤ 'ਚ ਆਪਾਂ ਪਾਣੀ ਹੈ ਬੇਲੀਸ ਤੇਜ਼ ਪੱਤਾ ਛੋਟੀ ਇਲਾਇਚੀ ਨਿੰਬੂ ਅਦਰਕ ਟਮਾਟਰ ਅਤੇ ਇਹ ਦੇਸੀ ਹਰੀ ਮਿਰਚ ਹੈ ਜੀ ਆਪਾਂ ਥਾਈ ਨਹੀਂ ਚਿੱਲੀ ਯੂਜ਼ ਕਰ ਰਹੇ ਕਿਉਂਕਿ ਇਹ ਜ਼ਿਆਦਾ ਤਿੱਖੀ ਨਹੀਂ ਹੁੰਦੀਆਂ ਪਰ ਟੇਸਟ ਵਾਸਤੇ ਵਧੀਆ ਹੁੰਦੀਆਂ ਨੇ ਆਪਾਂ ਇਸ ਕਰਕੇ 3 ਹਰੀਆਂ ਮਿਰਚਾਂ ਯੂਜ਼ ਕਰਾਂਗੇ ਗਾਰਲਿਕ ਕਲੋਵਸ ਨੇ ਆਪਣੇ ਕੋਲ 8 ਤੋਂ 10 ਅਤੇ ਆਪਣਾ ਓਨੀਅਨਸ ਅਤੇ ਆਪਣਾ ਹਰਾ ਧਨੀਆ ਫਰੈਸ਼ ਨੇ ਧਨੀਆ ਅਤੇ ਆਹ ਹੈਗਾ ਆਪਣਾ ਦਹੀਂ ਥੋੜ੍ਹਾ ਜਿਹਾ ਆਪਾਂ ਟੇਸਟ ਲਈ ਪਾਵਾਂਗੇ ਓਕੇ ਅਤੇ ਇਹ ਹੈਗਾ ਆਪਣਾ ਕਨੋਲਾ ਓਇਲ ਯੂਜ਼ ਕਰਾਂਗੇ ਐਂਡ ਥੋੜ੍ਹਾ ਆਪਾਂ ਅਨਸਾਲਟਿਡ ਬਟਰ ਆਪਣੇ ਕੋਲ ਆਪਾਂ ਟੇਸਟ ਵਾਸਤੇ ਯੂਜ਼ ਕਰਾਂਗੇ ਨਾਲ ਇਹ ਅਤੇ ਇੱਕ ਮਸਾਲਾ ਮੀਟ ਮਸਾਲਾ ਆਪਾਂ ਨੂੰ ਸ਼ਾਨ ਦਾ ਮਿਲਿਆ ਅਤੇ ਸ਼ਾਨ ਚੱਲਦਾ ਬਾਈ ਜੀ ਅਤੇ ਐਮ ਡੀ ਐਚ ਵਾਂਗੂ ਬਟ ਤੁਸੀਂ ਐਮ ਡੀ ਐਚ ਮੀਟ ਮਸਾਲਾ ਯੂਜ਼ ਕਰ ਸਕਦੇ ਹੋ ਨੋਟ ਚਿਕਨ ਚਿਕਨ ਦੇ ਮੀਟ ਦੇ ਵਿੱਚ ਫਿਰ ਮੀਟ ਹੁੰਦਾ ਰੈੱਡ ਮੀਟ ਗੋਟ ਨੂੰ ਆਪਾਂ ਮੰਨਦੇ ਹਾਂ ਬਟ ਜੋ ਮੀਟ ਮਸਾਲਾ ਜਿਹੜਾ ਨਾ ਐਮ ਡੀ ਐਚ ਤੋਂ ਉਹ ਚਿਕਨ ਨਾਲੋਂ ਬੈਟਰ ਹੈ ਆਪਾਂ ਚਿਕਨ ਕੜੀ 'ਚ ਉਹ ਮੀਟ ਮਸਾਲਾ ਯੂਜ਼ ਕਰ ਸਕਦੇ ਹਾਂ ਇੱਥੇ ਆਪਾਂ 4 ਤੋਂ 5 ਅਨੀਅਨਸ ਦੇਣੇ ਰੈੱਡ ਅਨੀਅਨਸ ਅਤੇ ਇਹਦੇ ਕਰਕੇ ਮੈਂ 4 ਕੁ ਪਹਿਲਾਂ ਚੌਪ ਕਰ ਲੈਣੇ ਕਿ ਤਾਂ ਕਿ ਪਹਿਲਾਂ ਮੈਂ ਇਹਨੂੰ ਸਲਾਈਜ਼ ਕਰਾਂਗਾ ਸਲਾਈਸ ਤਾਂ ਕਰਾਂਗੇ ਕਿਉਂਕਿ ਜੇ ਆਪਾਂ ਅਨੀਅਨ ਸਲਾਈਸ ਕਰਦੇ ਹਾਂ ਉਹਨਾਂ ਟੇਸਟ ਬਣਦਾ ਜੇ ਆਪਾਂ ਗ੍ਰਾਇੰਡ ਕਰਦੇ ਹਾਂ ਫੋਰ ਐਗਜ਼ਾਮਪਲ ਗ੍ਰਾਇੰਡਰ ਹੁੰਦਾ ਉਹਨਾਂ ਗ੍ਰਾਇੰਡ ਕਰਦੇ ਹਾਂ ਤਾਂ ਉਹ 'ਚ ਟੇਸਟ ਥੋੜ੍ਹਾ ਘੱਟਦਾ ਕਰਦੇ ਖਤਮ ਹੋ ਜਾਂਦਾ ਤਾਂ ਪਾਣੀ ਨਿਕਲ ਜਾਂਦਾ ਅਨੀਅਨਸ ਦਾ ਇਹਨੂੰ ਕਰਨੀ ਦੀ ਸਲਾਈਸ ਅਤੇ ਇਹਨੂੰ ਸਲਾਈਸ ਕਰਕੇ ਮੈਂ ਥੋੜ੍ਹਾ ਆਪਾਂ ਵਿੱਚੋਂ ਕੱਟਣ ਤਾਂ ਕਿ ਸਾਡੇ ਜਲਦੀ ਭੁੰਨੇ ਜਾਣ ਇਹ ਹੋ ਗਿਆ ਮੇਰੇ 4 ਤੋਂ 5 ਅਨੀਅਨਸ ਅਤੇ ਉਹ ਤੋਂ ਬਾਅਦ ਇਹ ਗਾਰਲਿਕ ਕਲਰਸ ਨੇ ਇਹਨਾਂ ਨੂੰ ਮੈਂ ਬਰੀਕ ਬਰੀਕ ਕੱਟਾਂਗਾ ਹੱਥਾਂ ਨਾਲ ਅਤੇ ਪਹਿਲਾਂ ਆਪਾਂ ਇਹਨੂੰ ਇਹਨੂੰ ਪ੍ਰੈਸ ਕਰਾਂਗੇ ਤਾਂ ਕਿ ਇਹ ਬਰਾਬਰ ਜਿਹੇ ਹੋ ਜਾਣ ਅਤੇ ਨਾਲ ਹੀ ਹਰੀ ਮਿਰਚਾਂ ਇੰਨੀਆਂ ਹਰੀ ਮਿਰਚਾਂ ਥੋੜ੍ਹੀਆਂ ਹਰੀ ਮਿਰਚਾਂ ਤੁਹਾਨੂੰ ਜ਼ਿਆਦਾ ਲੱਗ ਰਹੀਆਂ ਨੇ ਬਟ ਇਹ ਤਿੱਖੀਆਂ ਨਹੀਂ ਹੈਗੀਆਂ ਤਾਂ ਮੈਂ ਥੋੜ੍ਹੀਆਂ ਜ਼ਿਆਦਾ ਪਾ ਰਿਹਾ
ਸੋ ਆਹ ਆਪਣਾ ਸ਼ੁਰੂਆਤ ਚਾਹੀਦਾ ਆਪਣਾ ਸਮਾਨ ਗਾਰਲਿਕ ਓਨੀਅਨ ਅਤੇ ਥੋੜ੍ਹੀਆਂ ਅਤੇ ਆਪਣਾ ਅਦਰਕ ਤਾਂ ਕਿ ਆਪਾਂ ਇਹ ਵੀ ਬਾਅਦ 'ਚ ਪਾਉਣਾ ਪਰ ਪਹਿਲਾਂ ਨਹੀਂ ਪਾਉਣਾ ਪਹਿਲਾਂ ਜਿੱਦਾਂ ਘਰਾਂ 'ਚ ਦੇਖੀਦਾ ਸੀ ਮੈਂ ਮੰਮੀ ਨੂੰ ਕੁਕਿੰਗ ਕਰਦਾ ਦੇਖਦਾ ਸੀ ਅਦਰਕ ਦੀ ਜੀ ਉਹਦੇ ਨਾਲ ਕਰ ਦਿੰਦੇ ਹੁੰਦੇ ਸੀ ਜੋ ਪੇਸਟ ਬਣਾਉਂਦੇ ਸੀ ਤਾਂ ਉਦੋਂ ਇੰਨਾ ਕੁ ਸਵਾਦ ਨਹੀਂ ਮੰਨਦਾ ਸੀਗਾ ਉਦੋਂ ਸਾਨੂੰ ਲੱਗਦਾ ਸੀ ਇੱਦਾਂ ਅਦਰਕ ਹਮੇਸ਼ਾ ਉਦੋਂ ਪਾਓ ਜਦੋਂ ਆਪਣਾ 70% ਪਿਆਜ਼ ਭੁੰਨਿਆ ਜਾਵੇ ਕਿਉਂਕਿ ਜਿਹੜਾ ਅਦਰਕ ਦਾ ਟੇਸਟ ਅਦਰਕ ਨੂੰ ਜ਼ਿਆਦਾ ਭੁੰਨਿਆ ਜਾਵੇ ਨਾ ਪਹਿਲਾਂ ਉਹਦਾ ਟੇਸਟ ਖਤਮ ਹੋ ਜਾਂਦਾ ਦੇਖੋ ਯਾਰ ਆਪਾਂ ਤਾਂ ਚਿਕਨ ਲੈ ਕੇ ਆਇਆ ਬਾਈ ਆਪਣਾ ਇੱਕ ਹੋਲ ਚਿਕਨ ਹੈ ਪੂਰਾ ਇਹ ਮਤਲਬ 700-800 ਗ੍ਰਾਮ ਵਾਲਾ ਚਿਕਨ ਹੈ ਅਤੇ ਵੈਸੇ ਤਾਂ ਹੈ ਸਾਫ਼ ਹੀ ਬਟ ਇਹਨੂੰ ਧੋਣਾ ਆਪਾਂ ਮਨਜ਼ੂਰੀ ਸਮਝਦੇ ਹਾਂ ਬਿਕੋਜ਼ ਇਹ ਫਰੋਜ਼ਨ ਹੁੰਦੇ ਨੇ ਇੰਡੀਆ ਵਾਂਗੂ ਤਾਜ਼ੇ ਕੱਚੇ ਤਾਂ ਮਿਲਦੇ ਨਹੀਂ ਦੇਖੋ ਇੱਥੇ ਕੋਲੋਂ ਓਇਲ ਯੂਜ਼ ਕਰਦੇ ਜਿਹਨੂੰ ਆਪਾਂ ਰਿਫਾਇੰਡ ਵੀ ਕਹਿ ਦਈਏ ਜਾਂ ਰਿਫਾਇੰਡ ਓਇਲ ਹੁੰਦਾ ਆਪਣੇ ਇੰਡੀਆ 'ਚ ਹੁੰਦਾ ਜਿਸ ਦੀ ਟੇਸਟ ਹੁੰਦਾ ਇੱਥੇ ਇਹੀ ਯੂਜ਼ ਹੁੰਦਾ ਇੰਡੀਆ 'ਚ ਆਪਾਂ ਸਰੋਂ ਤੇਲ ਯੂਜ਼ ਕਰਦੇ ਹਾਂ ਪਰ ਸਰੋਂ ਤੇਲ ਜੇ ਤੁਸੀਂ ਯੂਜ਼ ਕਰਨਾ ਸਰੋਂ ਤੇਲ ਪੂਰਾ ਪਹਿਲਾਂ ਪਕਾਓ ਉਹਨੂੰ ਉਹਦੀ ਜਿਹੜੀ ਉਹਦੀ ਜਿਹੜੀ ਸਮੈਲ ਹੈ ਉਹ ਪੂਰੀ ਨਿਕਲ ਜੀ ਪੂਰਾ ਇੱਕ ਵਾਰ ਸਾੜ ਕੇ ਉਹਨੂੰ ਫਿਰ ਠੰਡਾ ਕਰਕੇ ਦੈਨ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਡਾਲਡਾ ਜਾਂ ਆਪਾਂ ਕੋਲ ਨਾਲ ਯੂਜ਼ ਕਰੋ ਤਾਂ ਜ਼ਿਆਦਾ ਵਧੀਆ ਇਹਦੇ ਵਿੱਚ ਆਪਾਂ 2 ਕੜਛੀਆਂ ਤੇਲ ਦੀਆਂ ਪਾਈਆਂ ਨੇ ਕੋਨੋਂ ਓਇਲ ਦੀਆਂ ਇਹਨੂੰ ਪੂਰਾ ਆਪਾਂ ਗਰਮ ਕਰਨਾ ਥੋੜ੍ਹਾ ਜੀਰਾ ਪਾਇਆ ਜੀ ਆਹ ਦੇਖੋ ਤੇਲ ਨੂੰ ਪੂਰਾ ਪ੍ਰੋਪਰ ਗਰਮ ਹੈ ਅਤੇ ਨਾਲ ਹੀ ਆਪਾਂ ਤੇਜ਼ ਪੱਤਾ ਸਿੜਤਾ ਅਤੇ ਹੱਥ ਨਾਲ ਕਰਕੇ ਅਤੇ ਇਹ ਆਪਣਾ ਨਾਲ ਕੋਰੀਐਂਡਰ ਪਾਤਾ ਅਤੇ ਦੋ ਆਪਣੀਆਂ ਲਾਲ ਮਿਰਚਾਂ ਸਿੜਤੀਆਂ ਸੁੱਕੀਆਂ ਹੋਈਆਂ ਅਤੇ ਆਹ ਲਓ ਆਪਾਂ ਸਿੜਤਾ ਗਾਰਲਿਕ ਇਹ ਜਦ ਭੁਣੇ ਗਿਆ ਹਲਕਾ ਜਿਹਾ ਬਰਾਊਨ ਹੋਣ ਦੇ ਬਾਅਦ ਨਾਲ ਹੀ ਆਪਾਂ ਨੇ ਇਹਦੇ ਵਿੱਚ ਪਿਆਜ਼ ਪਾ ਦੇਣੇ ਜਿਹੜੇ ਆਪਣੇ ਸਲਾਈਸ ਕੀਤੇ ਹੋਏ ਰਹਿੰਦੇ ਨੇ ਆਹ ਦੇਖੋ ਆਪਣੀ ਗਰਮ ਮਸਾਲਾ ਇਹ 'ਚ ਹੋ ਗਿਆ ਆਪਣੇ ਲਾਲ ਮਿਰਚ ਸੁੱਕੀ ਤੇਜ਼ ਪੱਤਾ ਜੀਰਾ ਪਿਆਜ਼ ਦੇਖੋ ਹੁਣ ਬਰਾਊਨ ਹੋ ਗਿਆ ਰਾਈਟ ਵੀ ਇਹਨੂੰ ਪਾ ਦਿਓ ਤੁਸੀਂ ਆਪਣੇ ਗੰਢੇ ਸੋ ਬਾਈ ਜਦੋਂ ਤੱਕ ਗੰਢੇ ਹੋ ਰਹੇ ਹਾਂ ਉਦੋਂ ਤੱਕ ਕਿਉਂਕਿ 10-15 ਮਿੰਟ ਲੱਗਣਗੇ ਅਤੇ ਉਦੋਂ ਤੱਕ ਆਪਾਂ ਨਵੀਂ ਨਾਲ ਥੋੜ੍ਹੀਆਂ ਗੱਲਾਂ ਮਾਰਦੇ ਹਾਂ ਅੱਛਾ ਨਵੀਂ ਪਹਿਲਾਂ ਤਾਂ ਇਹ ਦੱਸ ਯਾਰ ਵੀ ਆਪਣੇ ਜਿਹੜੇ ਇੰਡੀਆ 'ਚ ਨੇ ਹਨਾ ਉਹ ਇਹ ਸਮਝਦੇ ਹਾਂ ਵੀ ਜਿਹੜੇ ਉਹ ਯਾਰ ਉੱਥੇ ਪਤਾ ਨਹੀਂ ਕਿਹੜੇ ਰੈਸਟੋਰੈਂਟ 'ਚ ਕੰਮ ਕਰਦਾ ਹਨਾ ਉੱਥੇ ਕੀ ਲੱਗਿਆ ਕੀ ਨਹੀਂ ਤੈਨੂੰ ਕੀ ਲੱਗਦਾ ਰੈਸਟੋਰੈਂਟ 'ਤੇ ਜੋਬ ਜਿਵੇਂ ਐਜ਼ ਆ ਸ਼ੈਫ ਤੂੰ ਜੋਬ ਕਰ ਰਿਹਾ ਰਾਈਟ ਉਹਦੇ ਬਾਰੇ ਕੀ ਕਹਿੰਦਾ ਲਿਖੋ ਤੇ ਸਾਰੇ ਦੁਨੀਆ ਦੇ ਕੋਲ ਡਾਕਟਰ ਕੋਲ ਇੰਜੀਨੀਅਰ ਜਾਂ ਕੁਛ ਹੋਰ ਹਰ ਕੋਈ ਕਹਿੰਦਾ ਬਣੇ ਜਾਂ ਮੇਰੇ ਪਾਪਾ ਦਾ ਵੀ ਇਹ ਡ੍ਰੀਮ ਸੀ ਕਿ ਮੈਂ ਇੰਜੀਨੀਅਰ ਬਣਾ ਉਹਨਾਂ ਦੇ ਜਿੱਦਾਂ ਮੈਂ ਪਹਿਲਾਂ ਕਹਿੰਦਾ ਸੀ ਜਿੱਦਾਂ ਚਿਤਕਾਰ ਜਿਹੀ ਉਹ ਚੀਜ਼ ਮੈਨੂੰ ਕੋਈ ਹੋਟਲ ਮੈਨੇਜਮੈਂਟ ਦਾ ਕੋਰਸ ਦਵਾ ਦਿਓ ਉਹ ਮੰਨੇ ਨਹੀਂ ਕਹਿੰਦਾ ਨਹੀਂ ਸਾਡੇ ਸਾਰੇ ਚਾਚੇ ਦਾ ਮੇਰੇ ਭਰਾਵਾਂ ਦੇ ਮੁੰਡੇ ਇੰਜੀਨੀਅਰਿੰਗ ਕਰ ਰਿਹਾ ਤੂੰ ਕਿਹੜੀ ਲਾਈਨ 'ਚ ਜਾਏਗਾ ਉਹਨਾਂ ਦੀ ਮੈਂ ਉਹਨਾਂ ਦਾ ਡ੍ਰੀਮ ਪੂਰਾ ਕੀਤਾ ਮੈਂ ਇੰਜੀਨੀਅਰਿੰਗ ਕੀਤੀ ਬਟ ਮੇਰਾ ਜਿੱਦਾਂ ਸ਼ੁਰੂ ਤੋਂ ਹੀ ਬਚਪਨ ਤੋਂ ਸ਼ੌਂਕ ਸੀ ਮੰਮੀ ਨਾਲ ਵੀ ਮੈਂ ਥੋੜ੍ਹੀ ਕੁਕਿੰਗ 'ਚ ਹੈਲਪ ਕਰਦਾ ਹੁੰਦਾ ਸੀ ਕਿ ਮੈਂ ਕੁਛ ਬਣਨਾ ਅਤੇ ਮੈਂ ਜਿੱਦਾਂ ਸੰਜੀਵ ਕਪੂਰ ਦਾ ਆਉਂਦਾ ਹੁੰਦਾ ਸੀ ਚੈਨਸ ਖਜ਼ਾਨਾ ਉਹ ਵੀ ਦੇਖਦਾ ਹੁੰਦਾ ਸੀ ਇੱਥੇ ਆ ਕੇ ਮੈਂ ਉਹਦੇ ਨਾਲ ਵੀ ਈਵਨ ਹੁਣ ਉਹਦੇ ਰੈਸਟੋਰੈਂਟ ਦੇ ਵਿੱਚ ਹੀ ਮੈਨੂੰ ਔਫਰ ਦੋ ਵਾਰ ਉਹਦਾ ਕਰ ਚੁੱਕਾ ਕਿ ਇੱਥੇ ਸਾਡੇ ਬ੍ਰੈਂਪਟਨ ਦੇ ਵਿੱਚ ਲੋਕੇਸ਼ਨ ਹੈਗੀ ਖਜ਼ਾਨਾ ਖਾਨਾ ਖਜ਼ਾਨਾ ਮੈਨੂੰ ਉਹਦੇ ਵਿੱਚ ਦੋ ਵਾਰ ਸੰਜੀਵ ਕਪੂਰ ਈਵਨ ਸੰਜੀਵ ਕਪੂਰ ਦੇ ਮੇਰੇ ਨਾਲ ਕੰਮ ਕਰਦਾ ਸੀ ਦੁਬਈ ਦੇ ਸ਼ੈਫ ਉਹਦਾ ਮੇਰਾ ਖਾਸ ਕੋਈ ਮੇਰਾ ਫਸਟ ਫਰੈਂਡ ਆ ਉਹ ਉਹਨੇ ਮੇਰੀ ਗੱਲ ਕਰਵਾਈ ਤੇ ਉਹ ਵੀ ਕਹਿੰਦੇ ਨੇ ਕਿ ਹਾਂ ਵੀ ਸਾਡੇ ਰੈਸਟੋਰੈਂਟ ਦੇ ਵਿੱਚ ਆ ਕੇ ਤੂੰ ਕੰਮ ਕਰ ਜਿਹਦੇ ਵੀ ਈਵਨ ਕਿ ਲੋਕਾਂ ਨੂੰ ਹਜੇ ਉੱਥੇ ਵਹਿਮ ਹੈ ਕਿ ਹਾਂ ਵੀ ਸ਼ੈਫ ਸ਼ੂਫ ਲਾਈਨ ਦੇ ਵਿੱਚ ਕੋਈ ਹੈ ਨਹੀਂ ਬਟ ਇਹ ਲਾਈਨ ਬਹੁਤ ਵਧੀਆ ਇਹ ਲਾਈਨ ਦਾ ਇਹ ਫਾਇਦਾ ਤੁਸੀਂ ਜੇ ਇਹ ਕੰਮ ਤੁਹਾਨੂੰ ਆਉਂਦਾ ਪ੍ਰੋਪਰ ਲਾਈਕ ਪ੍ਰੋਫੈਸ਼ਨ ਤੁਹਾਨੂੰ ਇਹ ਕੰਮ ਆਉਂਦਾ ਤੁਸੀਂ ਪੂਰੀ ਦੁਨੀਆ 'ਚ ਕਿਤੇ ਮਰਜ਼ੀ ਚੱਲ ਜਾਓ ਆਪਣੇ ਪੂਰੇ ਪੰਜਾਬੀ ਜਾਂ ਇੰਡੀਅਨ ਵੱਸਦੇ ਹੋ ਤਾਂ ਰੈਸਟੋਰੈਂਟ ਤੁਸੀਂ ਕਿਤੇ ਵੀ ਜੋਬ ਕਰ ਸਕਦੇ ਇਹ ਤਾਂ ਮੈਨੂੰ ਇਹ ਤੁਹਾਡੀ ਜੋਬ ਲਾਈਕ ਤਾਂ ਤਿਆਰ ਹੈ ਜੇ ਮੈਂ ਕਿਹੜੀ ਮਰਜ਼ੀ ਕੰਟਰੀ ਚੱਲ ਜਾਂ ਇੰਗਲੈਂਡ ਚੱਲ ਜਾਂ ਆਸਟ੍ਰੇਲੀਆ ਚੱਲ ਜਾਂ ਇੱਥੇ ਅੱਗੇ ਬਹੁਤ ਕੁਝ ਸਿੱਖਿਆ ਤੋ ਸੋ ਕਦੀ ਵੀ ਕੋਈ ਪ੍ਰੋਫੈਸ਼ਨ ਛੋੜੋ ਨਹੀਂ ਕੋਈ ਸਕਿੱਲਡ ਕੰਮ ਤੁਸੀਂ ਜ਼ਰੂਰ ਸਿੱਖੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਹਾਂ ਵੀ ਤੋ ਹੱਥ ਦਾ ਕੰਮ ਸਿੱਖਿਆ ਤੁਹਾਡੇ ਹਮੇਸ਼ਾ ਕੰਮ ਆਊਗਾ ਬਾਈ ਮੇਰੇ ਆਉਣ ਦਾ ਕਾਰਨ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਇਹ ਬਾਈ ਹੈ ਇਹਦੇ ਕੋਲ ਹੀ ਆਇਆ ਸੀ ਇਹਦੇ ਘਰੀ ਮੈਂ ਸਭ ਤੋਂ ਪਹਿਲਾਂ ਬਾਈ ਨੂੰ ਲੈਣ ਗਿਆ ਮੈਨੂੰ ਕੋਈ ਜਾਣਦਾ ਹੁਣ ਜੀ ਕੈਨੇਡਾ ਈਵਨ ਮੈਂ ਤੁਹਾਨੂੰ ਸੱਚ ਦੀ ਗੱਲ ਦੱਸਾਂ ਮੈਨੂੰ ਪਤਾ ਨਹੀਂ ਕੈਨੇਡਾ ਹੁੰਦਾ ਕੀ ਹੈ ਮੈਨੂੰ ਇਹ ਸੀਗਾ ਕਿ ਇਹ ਬਾਈ ਪੁੱਛਦਾ ਕਿ ਟਿਕਟ ਕਰਾ ਲਈ ਮੈਂ ਹਾਂ ਕਹਿੰਦਾ ਕਰਾ ਲਈ ਮੈਂ ਕਰਾ ਲਈ ਵੈਸਟਿਨ ਮੈਨੂੰ ਇਹ ਲੱਗਦਾ ਸੀ ਕੈਨੇਡਾ ਦੇ ਵਿੱਚ ਇੱਕ ਹੀ ਏਅਰਪੋਰਟ ਹੈ ਮੈਨੂੰ ਇਹ ਨਹੀਂ ਪਤਾ ਸੀ ਕੈਲਗਰੀ ਕਿੰਨੀ ਦੂਰ ਹੈ ਜਿਵੇਂ ਅੱਜ ਕੱਲ੍ਹ ਤਾਂ ਸਾਰੇ ਸਰਚ ਕਰਦੇ ਨੇ ਹਾਂ ਜੇ ਮੈਨੂੰ ਪਹਿਲੀ ਗੱਲ ਤਾਂ ਸ਼ੌਂਕ ਹੀ ਨਹੀਂ ਸੀਗਾ ਇੰਨਾ ਬਾਹਲਾ ਆਉਣ ਦਾ ਮੈਂ ਘਰ ਦੇ ਡਰਦੇ ਮਾਰੇ ਇਹ ਘਰ ਬਾਪੂ ਕਹਿੰਦਾ ਤਾਂ ਜੋਬ ਨਹੀਂ ਕਰਦਾ ਤੇ ਸਾਰੇ ਭਰਾ ਜੋਬ ਕਰਦੇ ਨੇ ਮੈਂ ਜੋਬ ਲੱਗ ਗਿਆ ਸੀ ਮੈਨੂੰ ਉਹ ਇੰਟਰਸਟ ਨਹੀਂ ਸੀਗਾ ਰਿਲਾਇੰਸ 'ਚ ਮੈਂ ਜੋਬ ਲੱਗਿਆ ਲੁਧਿਆਣੇ ਤਾਰਾਂ ਪੈ ਰਹੀਆਂ ਸੀ 4G ਉੱਥੇ ਮੈਂ 2 ਕੁ ਦਿਨ ਗਿਆ ਤੋਂ ਭਾਵ ਗਿਆ ਨਹੀਂ ਮੈਂ ਹੁਣ ਘਰਦਿਆਂ ਦੇ ਬਾਪੂ ਪਾਪਾ ਦੇ ਡਰ ਤੋਂ ਮੈਂ ਕੁਛ ਨਾ ਕੁਛ ਕਰਨਾ ਸੀਗਾ ਮੈਂ ਆਈਲੈਟਸ ਕਰਨ ਲੱਗ ਗਿਆ ਕੋਈ ਨਾ ਕੋਈ ਕੋਰਸ ਫੜ ਲੈਂਦਾ ਜੀ ਆਈਲੈਟਸ ਕਰਨ ਲੱਗ ਗਿਆ ਉਹ ਕੁਦਰਤ ਮੈਨੂੰ ਪਤਾ ਬੈਂਡ ਵੀ ਆ ਗਏ ਮੈਂ ਤਾਂ ਬੈਂਡ ਆ ਕੇ ਫਾਈਲ ਲਾ ਦਿੰਦਾ ਲੱਗੂ ਨੇ ਉਹ ਲੱਗ ਗਈ ਫਾਈਲ ਫਿਰ ਮੈਂ ਸੋਚੀ ਜਾਵਾਂ ਮੈਨੂੰ ਲੱਗ ਗਿਆ ਹੁਣ ਮੈਂ ਜਾਵਾਂ ਜਾਂ ਨਾ ਜਾਵਾਂ ਡਰ ਵੀ ਲੱਗਦਾ ਸੀ ਮੈਨੂੰ ਕੋਈ ਜਾਣਦਾ ਬਾਈ ਸੀਗਾ ਲੱਗਿਆ ਮੈਨੂੰ ਇਹ ਨਹੀਂ ਪਤਾ ਕਹਿੰਦਾ ਟਿਕਟ ਕਾਲੇ ਹਾਂ ਮੈਨੂੰ ਕਾਲਜ ਨਹੀਂ ਪਤਾ ਸੀ ਉਹਨੇ ਆਪੇ ਏਜੰਟ ਨੇ ਕਾਲਜ ਲਿਆ ਤਾ ਆਪੇ ਉਹਨੇ ਵੀਜ਼ਾ ਲਵਾ ਤਾ ਆਹ ਆਪਣਾ ਗੋਲਡਨ ਬਰਾਊਨ ਹੋ ਚੁੱਕਾ ਪਿਆਜ਼ ਪੂਰਾ ਆਪਣਾ ਲਾਈਕ ਤਕਰੀਬਨ 90% ਹੋ ਗਿਆ ਅਤੇ ਹੁਣ ਮੈਂ ਇਹਦੇ 'ਚ ਪਾਊਂਗਾ ਅਦਰਕ ਜੋ ਕਿ ਮੇਰਾ ਫੇਵਰੇਟ ਹੈ ਜਿੰਜਰ ਅਤੇ
ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਣਾ ਆਪਣੇ ਮਸਾਲੇ ਨਮਕ ਮੈਂ ਇੰਚ ਪਾ ਰਿਹਾ ਕਈ ਲੋਕ ਪਿਆਜ਼ਾਂ ਨੂੰ ਜਦੋਂ ਪਹਿਲਾਂ ਪਾ ਦਿੰਦੇ ਨਮਕ ਉਹ ਮੈਂ ਨਮਕ ਇੰਚ 'ਚ ਪਾਉਣ ਦਾ ਯੂਜ਼ ਕਰਾਂਗਾ ਨਮਕ ਜੇ ਆਪਾਂ ਜਲਦੀ ਪਾ ਲਾਂਗੇ ਪਿਆਜ਼ ਛੇਤੀ ਭੁੰਨੇ ਜਾਂਦੇ ਨੇ ਉਹਨਾਂ ਨਾਲ ਇਹ ਫਾਇਦਾ ਬਟ ਉਹਦਾ ਸਵਾਦ ਖਤਮ ਹੋ ਜਾਂਦਾ ਪਿਆਜ਼ਾਂ ਦਾ ਪਾਣੀ ਨਿਕਲ ਜਾਂਦਾ ਨਮਕ ਨਾਲ ਅਤੇ ਉਹ ਚੀਜ਼ ਥੋੜ੍ਹਾ ਬਹੁਤ ਟੇਸਟ 'ਚ ਫਰਕ ਆ ਜਾਂਦਾ ਇਸ ਕਰਕੇ ਨਮਕ ਹਮੇਸ਼ਾ ਪਿਆਜ਼ ਭੁੰਨਣ ਤੋਂ ਬਾਅਦ ਹੀ ਪਾਓ ਨਮਕ ਯੂਜ਼ ਕੀਤਾ ਆਪਾਂ ਸਵਾਦ ਅਨੁਸਾਰ ਨਮਕ ਪਾ ਦਿਓ ਭਾਈ ਜੀ ਜਿਵੇਂ ਕੋਈ ਲਾਈਕ ਕਰਦਾ ਬਹੁਤ ਸੁਣੀਦਾ ਹੁੰਦਾ ਵੀਡੀਓ 'ਚ ਹੈ ਨਾ ਸਵਾਦ ਅਨੁਸਾਰ ਨਮਕ ਡਾਲੀਏ ਸਵਾਦ ਅਨੁਸਾਰ ਦੇਖੋ ਜੀ 1 ਟੇਬਲ ਸਪੂਨ ਹਲਦੀ ਓਕੇ ਹਲਦੀ ਵੀ ਪਾਤੀ ਹੁਣ ਹਾਂ ਸਾਲਾ ਸਪੂਨ ਥੋੜਾ ਛੋਟਾ ਤਾਂ ਮੈਂ 2 ਪਾ ਦਿਆਂ ਵੈਸੇ ਆਪਣੇ ਇੰਡੀਅਨ ਸਪੂਨ ਨਾਲ 1 ਟੇਬਲ ਸਪੂਨ ਆਪਣਾ ਹਲਦੀ ਤਾਂ ਪਾਇਆ ਥੋੜੀ ਹਲਦੀ ਭੁੰਨੀ ਦੈਨ ਲਾਲ ਮਿਰਚ ਮੈਂ ਵੀ ਥੋੜਾ ਜਿਹਾ ਭੁੰਦਾ ਯਾਰ ਵਿੱਚ ਵਿੱਚ ਨਹੀਂ ਤਾਂ ਕਹਿਣਗੇ ਮੈਂ ਤਾਂ ਹੈਲਪ ਹੀ ਨਹੀਂ ਕੀਤੀ ਹਾਂ ਆ ਲਾਲ ਮਿਰਚ ਪਾਉਣੀ ਇਹ ਤੇਜ਼ ਨੇ ਮਿਰਚਾਂ ਇੱਥੇ ਤਾਂ ਥੋੜ੍ਹੀ ਮੈਂ ਲਾਲ ਮਿਰਚ ਪਾਊਡਰ ਪਾਇਆ ਸਾਨੂੰ ਵੈਸੇ ਉਰੇ ਦੇਗੀ ਮਿਰਚ ਨਹੀਂ ਮਿਲੀ ਹਨਾ ਦੇਗੀ ਮਿਰਚ MDH ਦੇਗੀ ਮਿਰਚ ਕਲਰ ਵਾਸਤੇ ਬਹੁਤ ਵਧੀਆ ਤੁਸੀਂ ਯੂਜ਼ ਕਰ ਸਕਦੇ ਹੋ ਜੇ ਥੋੜਾ ਜਿਹਾ ਲਾਲੀ ਲਿਆਉਣੀ ਹੈ ਬਾਈ ਕੋਈ ਆਪਣਾ ਲੱਗ ਇਹ ਤਾਂ ਮੈਂ ਸਿੰਪਲ ਦਿੱਤਾ ਮੈਂ ਗੁਲਾ ਬਣਾਉਂਦੇ ਆਪਾਂ ਥੋੜਾ ਬਹੁਤਾ ਲੱਗ ਕੇ ਤੁਹਾਨੂੰ ਤਰੀਕਾ ਦੱਸਾਂ ਮੈਂ ਇਹਦੇ ਵਿੱਚ ਦਹੀਂ ਯੂਜ਼ ਕਰਾਂਗਾ ਦਹੀਂ ਥੋੜ੍ਹੀ ਖਟਾਸ ਅਤੇ ਦਹੀਂ ਇਹਦੇ 'ਚ ਟੇਸਟ ਲੈ ਕੇ ਆਊਗਾ ਆਪਣਾ ਇਹਦੇ 'ਚ ਦਹੀਂ ਆਪਣਾ ਪੂਰਾ ਫੈਂਟ ਕੇ 3-4 ਚਮਚ ਦਹੀਂ ਦੇ ਨੇ ਇਹਨੂੰ ਪੂਰਾ ਫੈਂਟ ਕੇ ਪਾਉਣਾ ਤਾਂ ਜੋ ਇਹ 'ਚ ਫੁੱਟੀਆਂ ਨਾ ਬਣਨ ਜੇ ਆਪਾਂ ਦਹੀਂ ਵੀ ਨਾ ਫੈਂਟੀਆਂ ਨਾ ਫੁੱਟੀਆਂ ਬਣ ਜੇ ਮੋਟਾ ਦਹੀਂ ਪਾ ਦਈਏ ਫੁੱਟੀਆਂ ਬਣਦੀਆਂ ਇਹਦੇ ਵਿੱਚ ਇਹਨੂੰ ਪੂਰਾ ਪਾ ਕੇ ਤਾਂ ਜੋ ਪਤਾ ਨਾ ਲੱਗੇ ਆਪਣਾ ਦਹੀਂ ਪਾਇਆ ਦਾ ਦਹੀਂ ਪਾ ਲੈਣਾ ਆਪਾਂ ਨੇ ਮੈਂ ਤਾਂ ਟਮਾਟਰ ਵੀ ਪਾ ਰਹੇ ਆਪਾਂ ਪਰ ਦਹੀਂ ਦਾ ਟੇਸਟ ਥੋੜ੍ਹਾ ਅਲੱਗ ਥੋੜ੍ਹਾ ਥਿੱਕ ਵੀ ਕਰੂਗਾ ਉਹਨੂੰ ਇਹਨੂੰ ਟੇਸਟ ਵੀ ਲੈ ਕੇ ਆਊਗਾ ਫਿਰ ਮੈਂ ਆਪਾਂ ਹੁਣ ਇਹ 'ਚ ਟਮਾਟਰ ਯੂਜ਼ ਕਰਾਂਗੇ ਟਮਾਟਰ ਦੀ ਪਿਊਰੀ ਪਾ ਦਿੱਤੀ ਟਮਾਟਰ 3 ਟਮਾਟਰ ਆਪਾਂ ਕਰਸ਼ ਕੀਤੇ ਸੀਗੇ ਮੈਂ ਗ੍ਰੈਂਡਰ ਦੇ ਵਿੱਚ ਜੋ ਆਪਾਂ ਪਾ ਦਿੱਤੇ ਆਪਾਂ ਇਹ ਯੂਜ਼ ਕਰ ਲਈ ਅਤੇ ਹੁਣ ਮੈਂ ਥੋੜ੍ਹਾ ਤੜਕਾ ਇਹ ਟਮਾਟਰ ਪਾਉਣ ਤੋਂ ਬਾਅਦ ਢਕਾਂਗਾ ਤਾਂ ਜੋ ਟਮਾਟਰ ਥੋੜ੍ਹੇ ਆਪਣੇ ਪੱਕ ਜਾਣ ਦੈਨ ਫਿਰ ਇਹ 'ਚ ਮੈਂ ਚਿਕਨ ਪਾਊਂਗਾ ਆਪਾਂ ਸੋ 3-4 ਮਿੰਟ ਢਕੋ ਥੋੜ੍ਹਾ ਬਟਰ ਯੂਜ਼ ਕਰਾਂਗਾ ਇਹਨਾਂ ਨੇ ਥੋੜ੍ਹਾ ਜਿਹਾ ਬਟਰ ਪਾਉਣਾ ਬਾਈ ਨੇ ਥੋੜ੍ਹਾ ਜਿਹਾ ਬਟਰ ਪਾਉਣਾ ਤਾਂ ਇਹ 'ਚ ਫਲੇਵਰ ਆ ਜਾਏ ਬਟਰ ਸੁੱਟੇ ਇਹਦੇ 'ਚ ਹੁਣ ਇਹਨੂੰ ਢੱਕ ਦਿਓ ਦੇਖੋ ਜੀ ਆਪਾਂ 5 ਮਿੰਟ ਟਮਾਟਰ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਢੱਕਿਆ ਸੀਗਾ ਲਗਭਗ ਇਹ ਹੁਣ ਪ੍ਰੋਪਰ ਟਮਾਟਰ ਵੀ ਪੱਕ ਗਏ ਨੇ ਓਹੋ ਹੋ ਯਾਰ ਰੰਗ ਦੇ ਕਿੰਨਾ ਸੋਹਣਾ ਆਇਆ ਇਹਦਾ ਹਨਾ ਤੜਕਾ ਵੀ ਪ੍ਰੋਪਰ ਬਣ ਚੁੱਕਾ ਆਪਣਾ ਅਤੇ ਹੁਣ ਆਪਾਂ ਇਹਦੇ ਵਿੱਚ ਚਿਕਨ ਪਾਵਾਂਗੇ 600 ਗ੍ਰਾਮ ਤੁਸੀਂ ਚਿਕਨ ਪਾ ਸਕਦੇ ਹੋ ਜਿੰਨੀ ਮੈਂ ਕੁਆਂਟਿਟੀ 'ਚ ਤੜਕਾ ਬਣਾਇਆ ਹੁਣ ਆਪਾਂ ਇਹਨੂੰ ਹਿਲਾਈਏ ਥੋੜ੍ਹਾ ਮੈਂ ਇਹ 'ਚ ਪਾਣੀ ਪਾਉਣਾ ਜ਼ਿਆਦਾ ਪਸੰਦ ਨਹੀਂ ਕਰਦਾ ਲਾਈਕ ਗਰੇਵੀ ਘੱਟ ਥਿੱਕ ਗਰੇਵੀ ਮੈਨੂੰ ਵਧੀਆ ਲੱਗਦੀ ਆ ਅਤੇ ਇਸ ਕਰਕੇ ਥੋੜ੍ਹੀ ਥਿੱਕ ਅਤੇ ਥੋੜ੍ਹਾ ਪਾਣੀ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਇਹਦੇ ਖਾਣਾ ਕੀ ਹੈ ਬਾਈ ਰੋਟੀਆਂ ਦਾ ਖਾਣ ਨੂੰ ਮੇਰਾ ਜੀ ਨਹੀਂ ਕਰਦਾ ਕਿ ਚੌਲ ਹਾਂ ਯਾਰ ਚੌਲ ਬਣਾਉਂਦੇ ਨਾਲੇ ਇਹਨੂੰ ਦੱਸਾਂਗੇ ਇੱਕ ਆਸਾਨ ਬਹੁਤ ਹੀ ਆਸਾਨ ਤਰੀਕਾ ਚੌਲ ਬਣਾਉਣਾ ਤੁਹਾਨੂੰ ਦੱਸਿਆ ਜਾਊਗਾ ਸੋ ਆਪਾਂ ਇਸ ਚਿਕਨ ਪਾਏ 'ਚ ਥੋੜ੍ਹਾ ਪਾਣੀ ਪਾਵਾਂਗੇ ਗਰਮ ਤਾਂ ਜੋ ਇਹਨੂੰ ਚਿਕਨ ਨੂੰ ਪਕਾ ਦਈਏ ਇਹ ਮੈਨੇ ਹਾਂ 1/2 ਟੇਬਲ ਸਪੂਨ ਆਪਾਂ ਇਹ 'ਚ ਮੀਟ ਮਸਾਲਾ ਪਾਇਆ ਵੈਸੇ ਆਪਾਂ ਚਿਕਨ ਬਣਨ ਤੋਂ ਬਾਅਦ ਪਾਈਦਾ ਮੈਂ ਥੋੜ੍ਹਾ ਜਿਹਾ ਪਹਿਲਾਂ ਪਾਤਾ ਅਤੇ ਅੱਧਾ ਕੁ ਸਪੂਨ ਆਪਾਂ ਚਿਕਨ ਜਦੋਂ ਆਪਣਾ ਕੁੱਕ ਹੋ ਜੂਗਾ ਉਦੋਂ ਬਾਅਦ ਪਾ ਕੇ 10 ਮਿੰਟ ਢਕਾਂਗੇ ਥੋੜ੍ਹਾ ਹੋਰ ਪਾਣੀ ਮੈਨੂੰ ਲੱਗਦਾ ਪਾਣਾ ਚਾਹੀਦਾ ਪਾਣੀ ਆਪਾਂ ਨਾਲੇ ਜਿੰਨੀ ਚੀਜ਼ ਸਲੋ ਫਲੇਮ 'ਤੇ ਵਧੀਆ ਬਣਦੀ ਹੈ ਨਾ ਉਨੀ ਚੀਜ਼ ਤੇਜ਼ ਫਲੇਮ 'ਤੇ ਨਹੀਂ ਬਣਦੀ ਵਧੀਆ ਆਪਾਂ ਹੁਣ ਇਹ 'ਚ ਪਾ ਤਾ ਅੱਧਾ ਕੁ ਗਲਾਸ ਲਾਈਕ ਇੱਕ ਗਲਾਸ ਛੋਟਾ ਗਲਾਸ ਪਾਣੀ ਦਾ ਪਾਇਆ ਇੰਨਾ ਕੁ ਤਾਂ ਕਿ ਇਹਦਾ ਫਲੇਵਰ ਪੂਰਾ ਆ ਜਾਵੇ ਅਤੇ ਇਹਨੂੰ ਢੱਕ ਦਈਏ ਢੱਕ ਕੇ ਜਿਹੜਾ ਫਲੇਵਰ ਇਹਦਾ ਸਟੀਮ ਨਾਲ ਕੁੱਕ ਹੋ ਜਾਵੇ ਅਤੇ ਨਾਲ ਦੇ ਨਾਲ ਆਪਾਂ ਬਣਾਵਾਂਗੇ ਚਾਵਲ ਆਪਾਂ ਇੱਕ ਲਾਈਕ ਉਹੀ ਛੋਟਾ ਗਲਾਸ 2 ਗਲਾਸ ਚੌਲਾਂ ਦਾ ਲਿਆ ਆਪਾਂ ਇਹ ਰਾਈਟ ਵੀ ਇੰਸਟੈਂਟ ਬਣਾਉਣ ਵਾਲੇ ਚੌਲ ਜਿੱਦਾਂ ਆਪਾਂ ਕੋਈ ਭਿਓ ਕੇ ਰੱਖਣ ਦੀ ਲੋੜ ਨਹੀਂ ਜੇ ਭਿਓ ਦੋ ਤਾਂ ਚਾਵਲ ਵਧੀਆ ਈਜ਼ੀ ਉਨੇ ਹੀ ਥੋੜ੍ਹਾ ਪਾਣੀ ਘੱਟ ਪਊਗਾ ਸੋ ਮੈਂ ਪਾਣੀ ਥੋੜ੍ਹਾ ਜ਼ਿਆਦਾ ਯੂਜ਼ ਕਰਾਂ ਬਿਕੋਜ਼ ਮੈਂ ਹੁਣੇ ਲਾਈਕ ਜਸਟ ਧੋਏ ਨੇ ਇਹ ਵਾਸ਼ ਕੀਤੇ ਨੇ ਅਤੇ ਹੁਣ ਇਹਨੂੰ ਵਾਸ਼ ਕੀਤਾ ਇਹਦਾ ਪਾਣੀ ਆਪਾਂ ਸਾਰਾ 2-3 ਵਾਰ ਵਾਸ਼ ਕਰ ਲਓ ਤਾਂ ਜੋ ਜਿਹੜੇ ਰਾਈਸ ਨੇ ਥੋੜ੍ਹੇ ਵਾਈਟ ਜਿਹੇ ਨਿਕਲ ਜਾਣ ਸਿੱਧੀ ਚੌਲ ਪਾ ਲੈਣੇ ਕੋਈ ਤੜਕਾ ਨਹੀਂ ਲਾਇਆ ਇਹ ਇੰਸਟੈਂਟ ਬਣਾ ਰਿਹਾ ਕਈ ਲੋਕ ਆਪਣੇ ਪੰਜਾਬੀ ਪਿਆਜ਼ਾਂ ਤੜਕਾ ਲਾਉਂਦੇ ਨੇ ਜੀਰੇ ਤੜਕਾ ਪਹਿਲਾਂ ਲਾਉਂਦੇ ਨੇ
ਗਰਮ ਪਾਣੀ ਯੂਜ਼ ਕਰਨਾ ਇੱਥੇ ਗਰਮ ਪਾਣੀ ਆਉਂਦੇ ਨੇ ਆਪਣੇ ਲਾਈਕ ਮੈਂ ਗਰਮ ਪਾਣੀ ਯੂਜ਼ ਕਰਾਂਗਾ ਜੇ ਭਿਓ ਕੇ ਰੱਖੇ ਨੇ ਮੈਂ 4 ਗਲਾਸ ਪਾਣੀ ਪਾਉਣਾ ਜੇ ਇੰਨਾ ਗਲਾਸ ਡਬਲ ਕਰਨਾ ਪਾਣੀ ਜੇ ਭਿਓ ਕੇ ਨਹੀਂ ਰੱਖੇ ਤੁਸੀਂ 1 ਗਲਾਸ ਪਾਣੀ ਜ਼ਿਆਦਾ ਪਾ ਦਿਓ ਸੋ 2 ਗਲਾਸ ਚੌਲ ਤੇ 4 ਗਲਾਸ ਪਾਣੀ ਯਾ ਡਬਲ ਪਾਣੀ ਤੇ ਆ ਪਾਣੀ ਪਾਇਆ ਹਜੇ ਗੈਸ ਵੀ ਓਨ ਨਹੀਂ ਕੀਤੀ ਮੈਂ ਸਿਰਫ ਮੈਂ ਤਿਆਰ ਕਰ ਰਿਹਾ ਸਮਾਨ ਸਾਰਾ ਸਮਾਨ ਤਿਆਰ ਕਰਨ ਤੋਂ ਬਾਅਦ ਗੈਸ ਆ ਦੇਖੋ ਜੀ ਤੇਜ਼ ਪੱਤਾ ਐਂ ਛੱਡ ਦੇਣਾ ਵੈਸੇ ਤੁਸੀਂ ਭੁਣ ਕੇ ਪਾਏ ਭੁਣ ਕੇ ਪਾਉਣ ਦੀ ਲੋੜ ਨਹੀਂ ਜੀ ਆਪਾਂ ਇੰਸਟਾ ਆ ਦੇਖੋ ਜੀ ਇੰਨਾ ਕੁ ਜੀਰਾ ਪਾ ਦਿੱਤਾ ਆਪਾਂ ਨਵੀਂ ਤੇਰੇ ਘਰ ਵਾਲੀ ਭੁੰਨੇ ਕੱਚਾ ਜੀਰਾ ਪਾ ਰਹੇ ਜੀ ਤੁਹਾਨੂੰ ਥੋੜਾ ਵੀੜ ਲੱਗੂਗਾ ਇਹ ਬਿਨਾਂ ਭੁੰਨੇ ਜੀਰਾ ਪਾ ਰਹੇ ਤਾਂ ਜੋ ਜੋ ਆਪਾਂ ਬੋਇਲ ਹੋਊਗਾ ਇਹ ਬੋਇਲ ਇੱਕ ਤਾਂ ਹੈਲਦੀ ਹੈਲਦੀ ਰੈਸਪੀ ਬਣਾਵਾਂਗੇ ਕਿ ਬਿਕੋਜ਼ ਆਪਾਂ ਤੜਕਾ ਨਹੀਂ ਲਾ ਰਹੇ ਨਾ ਜਿਵੇਂ ਉਹਨਾਂ ਦਾ ਪਿੱਛ ਕੱਢ ਕੇ ਕਈ ਬਣਾਉਂਦੇ ਚੋਲ ਜਾਂ ਬੋਇਲ ਕਰਕੇ ਉਬਲੇ ਹੋਏ ਚੋਲ ਉਹਨੇ ਉਸ ਟਾਈਪ ਬਣ ਗਏ ਹਾਫ ਬੋਇਲ ਐਂਡ ਹਾਫ ਥੋੜਾ ਤੜਕਾ ਤੁਸੀਂ ਲਾ ਸਕਦੇ ਹੋ ਕਹਿ ਸਕਦੇ ਹੋ ਮੈਂ ਜੀਰਾ ਪਾਤਾ ਇਹਦੇ ਉੱਤੇ ਨਮਕ ਪਾ ਦੂੰਗਾ ਜੀ ਆ ਦੇਖੋ ਕਿੰਨਾ ਕੁ ਨਮਕ ਪਾਇਆ ਸਵਾਦ ਅਨੁਸਾਰ ਦੈਨ ਆਪਾਂ ਇਸ ਕਨੋਲਾ ਆਇਲ ਆਪਣਾ ਆਇਲ ਜਿਹੜਾ ਮੀਟ ਵਾਲਾ ਆਇਲ ਆਪਣਾ ਕਨੋਲਾ ਆਇਲ ਥੋੜਾ ਪਾਵਾਂਗੇ ਤਾਂ ਜੋ ਜੁੜਨ ਨਾ ਥੋੜਾ ਪਾਣੇ 2 ਟੇਬਲ ਸਪੂਨ ਇਹਦੇ ਚ ਆਇਲ ਪਾਤਾ ਤੇ ਇਹਦੇ ਰੰਗ ਵਾਸਤੇ ਜੇ ਵਾਈਟ ਵਾਈਟ ਨਿਕਲੇ ਜਾਣ ਤਾਂ ਕਿ ਜੁੜਨ ਨਾ ਇੱਕ ਲਾਈਮ ਹੁੰਦਾ ਜਿਹੜਾ ਆਪਣਾ ਨਿੰਬੂ ਆਪਣਾ ਖੜਾ ਇਹਨੂੰ ਜੁੜਨ ਨਹੀਂ ਦਿੰਦੀ ਤੇ ਇਹਦਾ ਰੰਗ ਥੋੜਾ ਸਾਫ ਕਰ ਦਿੰਦੀ ਹੈ ਜਿਵੇਂ ਆਪਾਂ ਕਈ ਵਾਰ ਯੂਜ਼ ਕਰਦੇ ਆਪਾਂ ਨਿੰਬੂ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਦਿੰਦੇ ਆ ਜੇ ਆਪਾਂ ਦੁੱਧ ਵੀ ਪਾ ਸਕਦੇ ਹਾਂ ਇਹਦੇ ਵਿੱਚ ਆਪਾਂ ਦੁੱਧ ਵੀ ਯੂਜ਼ ਕਰ ਸਕਦੇ ਹਾਂ ਤਾਂ ਜੋ ਇਹਦਾ ਰੰਗ ਰਾਈਸ ਦਾ ਜਦੋਂ ਬਣੇ ਤਾਂ ਵਧੀਆ ਹੋਵੇ ਰੰਗ ਇਹ 'ਚ ਮੈਂ ਇੱਕ ਹਾਫ ਨਿੰਬੂ ਨਿਚੋੜਤਾ ਢੱਕ ਦਿਉ ਚਲੋ ਦੇਖੋ ਜੀ ਆਪਣਾ ਹੁਣ 5 ਤੋਂ 7 ਮਿੰਟ ਹੋ ਗਏ ਨੇ ਇਹ ਜਦੋਂ ਘਿਓ ਛੱਡਣਾ ਸ਼ੁਰੂ ਆ ਦੇਖੋ ਓ ਵਾ 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 ਘਿਓ ਛੱਡਣਾ ਬਾਈ ਸ਼ੁਰੂ ਕਰਤਾ ਹੈ ਘਿਓ ਛੱਡਤਾ ਚਿਕਨ ਨੇ ਤੇ ਆਪਾਂ ਸਲੋ ਆਂਚ ਤੇ ਇਹਨੂੰ ਕਰਤਾ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜਾ ਘਿਓ ਛੱਡ ਰਿਹਾ ਨਾ ਆ ਦੇਖੋ ਆਲੇ ਦੁਆਲੇ ਸਾਰਾ ਘਿਓ ਛੱਡ ਰਿਹਾ ਇਹ ਜਦੋਂ ਘਿਓ ਛੱਡਦਾ ਉਦੋਂ ਮਤਲਬ ਤੁਹਾਡੀ ਚੀਜ਼ ਤਿਆਰ ਹੋ ਗਈ ਹੈ ਪੂਰੀ ਰਾਈਟ ਯਾ ਦੇਖੋ ਵਿੱਚ ਥੋੜਾ ਜਿਹਾ ਧਨੀਆ ਪਾਇਆ ਸੀਗਾ ਬਾਈ ਨੇ ਪਰ ਆਪਾਂ ਐਂਡ ਤੇ ਥੋੜਾ ਜਿਹਾ ਹੋਰ ਧਨੀਆ ਪਾਵਾਂਗੇ ਯਾ ਆ ਦੇਖੋ ਇਹਨੂੰ ਥੋੜਾ ਟੱਕ ਦਈਏ 5 ਤੋਂ 7 ਮਿੰਟ ਨੂੰ ਟੱਕਣਾ ਆਪਣਾ ਹਾਂ ਅਪਰੋਕਸੀਮੇਟ ਟਾਈਮ ਦੇ 25 ਤੋਂ 30 ਮਿੰਟ ਲੱਗੂਗਾ ਆਪਣਾ ਚੀਨ ਪੂਰਾ ਪ੍ਰੋਪਰ ਆ ਦੇਖੋ ਨਾਲ ਨਾਲ ਚੋਲ ਬਣਾ ਰਹੇ ਸੀ ਆ ਤੁਹਾਨੂੰ ਦੱਸੀਏ ਇਹਦੇ 'ਚ ਹਲਕੇ ਹਲਕੇ ਹੋਲ ਹੋਣੇ ਸ਼ੁਰੂ ਹੋ ਜਾਣ ਜਦੋਂ ਤੁਸੀਂ ਉਹਦੀ ਲਾਈਕ ਮੈਂ ਥੋੜ੍ਹੀ ਸਲੋ ਕਰਤੀ ਉਹਦੀ ਫਲੇਮ ਸਲੋ ਕਰਤੀ ਹੈ ਤਾਂ ਜੋ ਆਪਣਾ ਪ੍ਰੋਪਰ ਕੁੱਕ ਹੋ ਜਾਏ ਅਤੇ ਹੁਣ 3 ਤੋਂ 3 ਕੁ ਮਿੰਟ ਜਿਹੜੀ ਸਲੋ ਕਰਕੇ ਉਹਨਾਂ ਤੋਂ ਬਾਅਦ ਢੱਕ ਦਿਉ ਪ੍ਰੋਪਰ ਪਹਿਲਾਂ ਪਹਿਲਾਂ ਢੱਕਿਆ ਪਕਾ ਰਿਹਾ ਇਹਨੂੰ ਅਤੇ ਆਪਣੇ ਦੇਖੋ ਚੌਲ ਦੇਖੋ ਚੌਲਾਂ ਦਾ ਰੰਗ ਦੇਖੋ ਪੂਰਾ ਵਾਈਟ ਹੈ ਬਿਕੋਜ਼ ਆਫ ਨਿੰਬੂ ਪਾਉਣ ਨਾਲ ਅਤੇ ਧੋਣ ਨਾਲ ਚੰਗੇ ਤਰ੍ਹਾਂ 3 ਵਾਰ ਮੈਂ ਚੌਲ ਧੋਏ ਸੀ ਅਤੇ ਆਪਣਾ ਜੀਰਾ ਆਪਣਾ ਸਾਈਡਾਂ 'ਤੇ ਚਲਾ ਗਿਆ ਤਾਂ ਜੋ ਆਪਾਂ ਬਾਅਦ 'ਚ ਹਿਲਾਵਾਂਗੇ ਇਹਨੂੰ ਥੋੜ੍ਹਾ ਹਿਲਾ ਦਿਉ ਮੇਰੇ ਖਿਆਲ ਨਾਲ ਇਹਨੂੰ ਆਪਾਂ ਥੋੜ੍ਹਾ ਹਿਲਾ ਦੇਣਾ ਚਾਹੀਦਾ ਤਾਂ ਜੋ ਆ ਦੇਖੋ ਇਹਨੂੰ ਥੋੜ੍ਹਾ ਪਾਣੀ ਪਾਣੀ ਹੈ ਤਾਂ ਜੋ ਜੁੜਨ ਨਾ ਇਹ ਨਾ ਹਿਲਾਉਣ ਦਾ ਇੱਕ ਫਾਇਦਾ ਹੈ ਕਹਿੰਦਾ ਜੀਰਾ ਜਿਹੜਾ ਇੱਧਰ ਉੱਧਰ ਖੋਇਆ ਇਕੱਠਾ ਹੋ ਗਿਆ ਨਵੀਂ ਤੋਂ ਬਾਹਰ ਰੋਡ 'ਤੇ ਜਾਓ ਕੋਈ ਨਾ ਬਾਈ ਜੀ ਇਹ ਥੋੜ੍ਹਾ ਜਿਹਾ ਚੱਲਦਾ ਹੁੰਦਾ ਹੁਣ ਆਹ ਦੇਖੋ ਹਲਾਤੇ ਇਹਨੂੰ ਇਹਨੂੰ ਢੱਕਤਾ ਸਲੋ ਫਲੇਮ ਕਰਤੀ 3 ਮਿੰਟ ਢੱਕਣਾ ਹੈ ਆਪਣੇ ਚੌਲ ਰੈਡੀ ਹੋ ਜਾਣੇ ਨੇ ਠੀਕ ਹੈ ਆਹ ਲਓ ਚਿਕਨ ਆਪਾਂ ਹੁਣ ਤਕਰੀਬਨ ਤਕਰੀਬਨ ਢੱਕ ਕੇ ਮੈਨੂੰ ਬੰਦ ਹੀ ਕਰ ਦਿੰਦਾ ਮੈਨੂੰ ਲੱਗਦਾ ਕੁੱਕ ਹੋ ਚੁੱਕਾ ਤੇਲ ਇਹਨੇ ਪ੍ਰੋਪਰ ਛੱਡਤਾ ਲਾਈਕ ਇਟ ਲੁੱਕ ਲਾਈਕ ਗੁੱਡ ਦੇਖਤਾ ਸਹੀ ਆਪਣਾ ਕਿੰਨਾ ਸੋਹਣਾ ਲੱਗ ਰਿਹਾ ਲੁੱਕ ਐਟ ਦ ਜਿਹੜਾ ਉੱਪਰ ਆਹ ਤੇਲ ਆ ਰਿਹਾ ਨਾ ਬਾਈ ਆਹ ਚੀਜ਼ ਤਾਂ ਬਸ ਬਸ ਇਹ ਚੀਜ਼ ਆ ਗਈ ਤਾਂ ਮਤਲਬ ਤੁਹਾਡਾ ਚਿਕਨ ਤਿਆਰ ਹੈ ਯਾਰ ਆਹ ਦੇਖੋ ਜੀ ਇਹਨੂੰ ਢੱਕ ਦਿਓ 5 ਤੋਂ 7 ਮਿੰਟ ਇਹ ਤੋਂ ਬਾਅਦ ਐਂਡ ਦੇ ਵਿੱਚ ਆਪਣਾ ਬਸ ਕੁਛ ਨਹੀਂ ਆਪਣਾ ਧਨੀਆ ਕੱਟ ਕੇ ਥੋੜਾ ਆਪਣਾ ਪਾ ਦਾਂਗੇ ਤੇ ਅੱਛਾ ਉਹ ਕਸੂਰੀ ਮੇਥੀ ਵੀ ਰੱਖੀ ਸੀ ਮੈਂ ਉਹ ਲੋੜ ਹੈਗੀ ਜਾਂ ਨਹੀਂ ਪਾ ਦੇ ਉਹ ਫਲੇਵਰ ਵਧੀਆ ਆ ਜਾਊਗਾ ਦੱਸ ਕਿੱਥੇ ਮੈਂ ਕਸੂਰੀ ਮੇਥੀ ਆਪਣੇ ਵਨ ਲਾਈਕ ਆਪਣਾ ਜੋ ਤਕਰੀਬਨ ਦੇ ਜਦ ਬੰਦ ਹੋ ਜਾਵੇ ਹੀਟ ਕਰਨੇ 5 ਤੋਂ 7 ਮਿੰਟ ਢੱਕਣਾ ਤਾਂ ਜੋ ਫਲੇਵਰ ਇਹਦੇ ਸਾਰੇ ਆ ਜਾਣ ਫਸਟ ਹੀ ਮੈਂ ਕਸੂਰੀ ਮੇਥੀ ਸੁੱਕੀ MDH ਦੀ ਹੈ ਕਸੂਰੀ ਮੇਥੀ ਭੋਰ ਕੇ ਪਾ ਰਿਹਾ ਤੇ ਥੋੜਾ ਉਹਦਾ ਫਲੇਵਰ ਆਪਾਂ ਨੂੰ ਛੱਡੂਗੀ ਐਂਡ 'ਚ ਇਹ ਡੱਬਾ ਦੇ ਆਪਾਂ ਦਿਖਾ ਦਈਏ ਥੋੜਾ ਜੀ ਕਸੂਰੀ ਮੇਥੀ ਯਾਰ ਸੋ ਆ ਬਾਈ ਕਸੂਰੀ ਡਲਾਈਟ ਦੀ MDH ਨਹੀਂ ਹੈਗੀ ਬਾਈ ਜੀ ਇਹ ਝੂਠ ਬੋਲਿਆ ਗਿਆ ਇਹ ਕਸੂਰੀ ਮੇਥੀ ਆ ਬਾਈ ਥੋੜੀ ਜਿਹੀ ਆਪਾਂ ਕਸੂਰੀ ਮੇਥੀ ਪਾਈ ਜਾਵੇ ਚੰਡ ਦੇ ਉੱਤੇ ਫਲੇਵਰ ਦੋਗੀ ਆਪਣਾ ਛੱਡੂਗੀ ਤੇ ਆਪਣਾ ਤਕਰੀਬਨ ਦੀ ਦੋਨੋਂ ਚ ਰੈਡੀ ਹੋ ਗਏ ਤਾਂ ਮੈਨੂੰ ਭੁੱਖ ਬਹੁਤ ਲੱਗ ਰਹੀ ਹੈ ਭੁੱਖ ਤੈਨੂੰ ਲੱਗ ਰਹੀ ਹੈ ਮੈਂ ਵੀ ਬਾਈ ਮੈਂ ਕੰਮ ਤੋਂ ਆਇਆ ਸਿੱਧਾ ਤੇ ਇਹਦੇ ਨਾਲ ਬਾਈ ਨਾਲ ਅੱਜ ਮੈਂ ਵਲੌਗ ਬਣਾਉਣਾ ਸੀਗਾ ਨਵੀ ਦੇ ਨਾਲ ਤੇ ਮੈਂ ਕਿਹਾ ਚਲੋ ਤੇ ਮੈਨੂੰ ਵੀ ਬਹੁਤ ਭੁੱਖ ਲੱਗੀ ਹੋਈ ਆ ਆਲਰਾਈਟ ਦੋਸਤੋ ਸੋ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਤੇ ਨਵੀਂ ਮੇਰੇ ਕੋਲ ਆਇਆ ਸੀਗਾ ਸੋ ਤੁਹਾਨੂੰ ਪੂਰੀ ਵੀਡੀਓ 'ਚ ਆਪਾਂ ਨਵੀਂ ਦੀ ਸਟੋਰੀ ਵੀ ਸੁਣਾਈ ਤੇ ਨਾਲ ਤੁਹਾਨੂੰ ਰੈਸਪੀ ਵੀ ਦਿਖਾਈ ਚਿਕਨ ਪੰਜਾਬੀ ਚਿਕਨ ਦੇਸੀ ਕੜੀ ਜਿਹੜੀ ਹੈ ਕਿਵੇਂ ਬਣਦੀ ਹੈ ਤੇ ਜ਼ਰੂਰ ਬਣਾਇਓ ਬਾਈ ਤੇ ਸਾਨੂੰ ਵੀ ਮੈਨੂੰ ਵੀ ਕਮੈਂਟ ਕਰਕੇ ਦੱਸਿਓ ਥੱਲੇ ਵੀਡੀਓ ਦੇ ਵਿੱਚ ਵੀ ਕਿਵੇਂ ਲੱਗੀ ਤੁਹਾਨੂੰ ਠੀਕ ਹੈ ਤੇ ਇੱਧਰ ਚੌਲ ਵੀ ਬਾਈ ਆਹ ਦਿਖਾਓ ਰਾਈਸ ਇੱਧਰ ਖਾਸ ਕਰ ਰਾਈਸ ਜ਼ਰੂਰ ਦੇਖੋ ਸੀ ਈਜ਼ੀ ਮੈਥਡ ਤੇ ਸ਼ਕਲ ਦੇਖੋ ਰਾਈਸ ਕੱਲਾ ਕੱਲਾ ਰਾਈਸ ਆ ਜੀ ਚਿਣਿਆ ਕੱਲਾ ਕੱਲਾ ਚੌਲ ਚਿਣਿਆ ਪਿਆ ਬਾਈ ਕੱਲਾ ਕੱਲਾ ਕੋਈ ਚੌਲ ਜੁੜਿਆ ਨਹੀਂ ਬਿਕੋਜ਼ ਆਪਾਂ ਨਿੰਬੂ ਯੂਜ਼ ਕਰਿਆ ਤੇ ਤੇਲ ਥੋੜਾ ਯੂਜ਼ ਕਰਿਆ ਇੱਧਰ ਥੋੜੇ ਚਿਕਨ ਕੜੀ ਦੀ ਸ਼ਕਲ ਦਿਖਾ ਦੋ ਬਹੁਤ ਵਧੀਆ ਚਿਕਨ ਆ ਸੋ ਬਾਈ ਬਹੁਤ ਵਧੀਆ ਇੰਜੋਏ ਕੀਤਾ ਅੱਜ ਅਸੀਂ ਤੇ ਜੇ ਤੁਹਾਨੂੰ ਬਾਈ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ
ਅਰਬਨ ਦੇਸੀ ਬਲੌਗਸ ਅਰਬਨ ਦੇਸੀ ਬਲੌਗਸ ਜੇ ਤੁਹਾਨੂੰ ਲਾਈਕ ਕੀਤੀ ਹੈ ਜੇ ਤੁਸੀਂ ਵੀਡੀਓ ਚੰਗੀ ਲੱਗੀ ਜਾਂ ਤੁਹਾਨੂੰ ਚਿਕਨ ਚੰਗਾ ਲੱਗਾ ਤਾਂ ਜ਼ਰੂਰ ਦੱਸਿਓ ਆਪਾਂ ਹੋਰ ਇਹੋ ਜਿਹੀਆਂ ਰੈਸਪੀਆਂ ਅਤੇ ਹੋਰ ਵੀਡੀਓ ਜ਼ਰੂਰ ਬਣਾਵਾਂਗੇ ਭਰਾ ਦੇ ਨਾਲ ਆਪਣੇ ਨਾਲ ਅਤੇ ਸੋ ਥੈਂਕ ਯੂ ਸਾਡਾ ਅਤੇ ਮਿਲਦੇ ਹਾਂ ਬਾਈ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਟੇਕ ਕੇਅਰ।